ਕੋਮ ਤੋਂ ਸੰਗਤ ਕੀ ਹਾਲ ਹੈ? ਠੀਕ ਹੋਦਾ ਯੂਟਿਊਬ ਵਾਲੇ ਫਿੱਟ ਹੋ ਮੌਜਾਂ ਵੇ? ਅੱਛਾ ਸੰਗਤ, ਜਿਵੇਂ ਕਿ ਤੁਸੀਂ ਮੈਂ ਤੁਸੀਂ ਦੇ ਪਿਓ ਆਪਣਾ ਯੂਟਿਊਬ ਚੈਨਲ ਮੁਹੰਮਦ ਖਲੀਲ ਚੌਹਾਨ, ਤਾਂ ਸੰਗਤ ਹਾਜ਼ਰ ਹੋਏ ਆਪਾਂ ਨਵੀਂ ਵੀਡੀਓ ਦੇ ਨਾਲ। ਅਤੇ ਵਲੋਗ ਸ਼ੁਰੂ ਕਰਨ ਤੋਂ ਪਹਿਲਾਂ ਜੇ ਮੇਰਾ ਚੈਨਲ 'ਤੇ ਨਵੇਂ ਨੂੰ ਨਿੱਘ ਰਿਕੁਐਸਟ, ਸਾਡੇ ਚੈਨਲ ਨੂੰ ਮਾਰੋ ਸਬਸਕ੍ਰਾਈਬ ਅਤੇ ਜਲਦੀ ਆਪਾਂ ਵਲੋਗ ਵਾਲੇ ਪਾਸੇ ਵਲੋਗ ਇਨਸ਼ਾਅੱਲਾ ਜਰਾ ਨਾ ਬਿਰਾ ਮੈਂ ਪਸੰਦ ਹਮਸੇ ਲਾਈਕ ਕਰੇ ਸੋ ਲਾਜ਼ਮੀ, ਅਤੇ ਜਰੇ ਬਿਰਾ ਸਾਡੇ ਚੈਨਲ 'ਤੇ ਨਵੇਂ ਨੂੰ ਨਿੱਘ ਰਿਕੁਐਸਟ ਯਾਰ, ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕੀਤਾ ਕਰੋ ਨਾ। ਅਤੇ ਵੀਡੀਓ ਨੂੰ ਪੂਰਾ ਵਾਚ ਕਰਨਾ, ਵੀਡੀਓ ਪੂਰੀ ਦੇਖਣੀ ਹੈ, ਸਾ ਅਗਰ ਅੱਛੀ ਲੱਗੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕੀਜੀਏ ਅਤੇ ਲਾਈਕ ਵੀ ਲਾਜ਼ਮੀ ਕੀਤਾ ਕਰੋ। ਅਤੇ ਜਲਦੇ ਆਪਾਂ ਵਲੋਗ ਵਾਲੇ ਪਾਸੇ, ਅਤੇ ਵਲੋਗ ਵੀ ਪੂਰਾ ਦੇਖਣਾ, ਬਕਾਇਦਾ ਸਾਰੇ ਵੀਵਰਾਂ ਕੋਲ ਰਿਕੁਐਸਟ ਹੈ ਯਾਰ, ਸਾਡੇ ਚੈਨਲ ਦਾ ਅੱਜ ਕੱਲ੍ਹ ਸਬਸਕ੍ਰਾਈਬ ਨਹੀਂ ਪੈਂਦੇ, ਅਤੇ ਇਵੇਂ ਹੁਣ ਰੋਜ਼ ਮਾਂ ਹੀ ਆਖਾਂ ਸਬਸਕ੍ਰਾਈਬ ਅਤੇ ਸਬਸਕ੍ਰਾਈਬ ਚੰਗੀ ਗੱਲ ਕਹਿਣੀ, ਥੋੜ੍ਹਾ ਜਿਹਾ ਆਪ ਹੀ ਸੋਚ ਕਿੱਦਾਂ ਕਰੋ ਸਿਆਣੇ ਬੰਦੇ ਵੇ। ਮਹਿੰਗਾਈ ਹੈ ਤਾਂ ਪਤਾ ਅੱਜ ਕੱਲ੍ਹ ਦਿਮਾਗ ਬੰਦੇ ਦਾ ਇਵੇਂ ਕੰਮ ਕਰਨ, ਇਵੇਂ ਸਿਆਣੇ ਬੰਦੇ ਵੇ, ਤੁਸੀਂ ਥੋੜ੍ਹਾ ਜਿਹਾ ਸੋਚ ਕਿੱਦਾਂ ਕਰੋ। ਅਤੇ ਜਿੱਦਾਂ ਆਪਾਂ ਵਲੋਗ ਵਾਲੇ ਪਾਸੇ, ਵਲੋਗ ਅੱਛਾ ਲੱਗੇ ਤਾਂ ਲਾਜ਼ਮੀ ਜਰਾ ਨਾ ਲਾਈਕ ਕਰਨਾ, ਸ਼ੇਅਰ ਕਰਨਾ। ਅਤੇ ਮਾਲ ਹੈ ਆਪਣੇ ਕਹਿੰਦੇ ਮੀਰਪੁਰ ਖਾਸ ਦਾ, ਅੱਲਾ ਖੈਰ ਰੱਖੇ ਮੀਰਪੁਰ ਖਾਸ ਤੱਕ ਫਿਰਾਵੇਂ ਨਾਲ ਤਾਬੇਦਾਰ ਹੈ ਮੀਰਪੁਰ ਖਾਸ ਵਾਲੇ, ਤਕੜੇ ਥੀ ਜੋ ਆਉਂਦੇ ਪਿਓ। ਹਾਂ ਤਾਂ ਬਿਰਾ ਸੰਗਤ ਦਾ ਯੂਟਿਊਬ ਵਾਲੇ, ਅੱਜ ਆਪਾਂ ਹਾਜ਼ਰ ਥੇ ਨਵੀਂ ਵੀਡੀਓ ਦੇ ਨਾਲ, ਨਵੇਂ ਵਲੋਗ ਦੇ ਨਾਲ। ਸੰਗਤ ਇਨਸ਼ਾਅੱਲਾ ਅੱਲਾ ਖੈਰ ਰੱਖੇ। ਅਤੇ ਆਪਾਂ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਸਿਮਟ ਭਰ ਆਇਆ ਸੀ ਤੌਸੇ ਸ਼ਰੀਫ ਤੋਂ, ਇਹ ਸ਼ਾਦੇ ਲਾਉਣ ਤੋਂ ਫੌਜੀ ਸਿਮਟ ਦੀ, ਤਾਂ ਬੁਰੇ ਵਾਲੇ ਉਹ ਵੇ ਖਾਲੀ ਕਰਨ ਨੂੰ। ਮੈਂ ਕਿਹਾ ਸੰਗਤ ਨਾਲ ਬੱਟਾ ਸ਼ਟਾ ਲਓ, ਰਾਤ ਆ ਗਿਆ ਸੀ, ਰਾਤ ਇੱਕ ਸਟਾਪ ਲਾ ਕੇ ਦਾ ਸੇ, ਅਤੇ ਉੱਥਾਂ ਵਲੋਗ ਮੈਂ ਕਲੱਬ ਬਣਾਉਣ ਸਭ ਟਾਈਮ ਨਹੀਂ ਮਿਲਿਆ, ਸ਼ਹਿਰ ਜਾ ਸੇ ਵਾਲਾ ਡੂਡੂ ਛਾਪਰ ਲੱਗਾ ਲਾਂਟਰ ਪਾਲਾ ਹਨ, ਉੱਥਾਂ ਜਿਹੜਾ ਨਾ ਸਾ ਮਾਹੌਲ ਨਹੀਂ ਕਰ ਸਕੇ ਸੰਗਤ ਨਾਲ। ਅਤੇ ਵਾਲਾ ਦੂਜਾ ਸਟਾਪ ਲੈਂਦੇ ਪਿਓ ਦੀ ਦਾ ਟਾਈਮ ਹੈ, ਮੈਂ ਕਿਹਾ ਚਲੋ ਸੰਗਤ ਨਾਲ ਬੱਟਾ ਸ਼ਟਾ ਲਊਂ ਖੜੇ। ਸੰਗਤ ਇਹ ਹਾਲ ਵੈਦਾ ਸੀਮਟ ਭਰ ਆਇਆ ਸੀ, ਬੁਰੇ ਹਾਲ ਦੀ ਸੀਮਟ ਪਿਓ ਸੀ ਖਾਲੀ ਕਰਨ ਦੇ, ਸੀਮਟ ਸੀਮਟ ਖਾਲੀ ਕਰ, ਅਤੇ ਵਾਲਾ ਦੇਖ ਦੂਜੇ ਕਿਹੜੇ ਪਾਸੇ ਵੰਜਣਾ ਅਤੇ ਕਿਆ ਕਰਨਾ। ਅਤੇ ਬਕਾਇਦਾ ਸ਼ੁਕਰ ਗੁਜ਼ਾਰ ਹੈ ਸਰ ਸੰਗਤ ਦੇ, ਬਕਾਇਦਾ ਗੱਲ ਇੱਥੇ ਨਾ ਰਾਸ ਹੈ। ਅਤੇ ਆਪਣੀ ਹਾਲਤ ਇਹ ਥੀ ਬੈਠੀ ਹੋਵੇ ਤਾਂ ਅੱਜ ਵੱਲ ਜਰਾ ਨਾ ਚੱਪ ਦੇਖ ਵੱਲ ਗਾੜੇ ਲੱਗਦੇ ਪਏ ਨਹੀਂ, ਅੱਜ ਸੀਮਟ ਦੇ ਤਾਂ ਧੂੜ ਮਿੱਟੀ ਖਾ ਵੈਂਦੀ ਆ, ਖਾਣਾ ਤੱਕ ਪਤਾ ਤਾਂ ਹੈ ਇਹੋ ਸੀਮਟ ਸੀਮਟ ਲਹਾ ਕਰੇ ਹੀ ਦੁਕਾਨ 'ਤੇ ਲਹਾਉਣੀ, ਆਖਰੀ ਬੋਰੀ 150 ਇੱਥੇ ਹੀ ਲਾ, ਅਤੇ ਵਾਲਾ ਆਪਾਂ ਵੰਜਣਾ ਹੈ। ਪਿਛੀ ਤਾਂ ਬਾਹਰ ਨਿਕਲ ਵੇ ਸੂ ਟਾਇਰ ਹੀ ਜਰਾ ਨਾ ਫਟ ਗਿਆ ਇੱਕ ਸਾਡਾ, ਵਾਲਾ ਸਟੱਪਣੀ ਲੱਗ ਗਿਆ, ਸਟੱਪਣੀ ਫਟ ਗਈ, ਉਹ ਸਿੰਗਲ ਦੇ ਵਧ ਹੁਣ ਇਹ ਖਾਲੀ ਸ਼ਾਲੀ ਕਰ ਦੇਣਾ, ਇਹੋ ਖਾਲੀ ਸ਼ਾਲੀ ਕਰਨ ਨੂੰ ਵਾਲਾ ਦੇਖ ਦੂ ਬਈ ਸੰਗਤ ਨਾਲ ਕਿੱਥਾਂ ਵੰਜਣਾ ਜਾਂ ਕਿਆ ਕਰਨਾ। ਅਤੇ ਬਕਾਇਦਾ ਸੰਗਤ ਸਾਰੀ ਵੀਡੀਓ ਅੱਛੀ ਲੱਗੇ ਤਾਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕੀਤਾ ਕਰੋ, ਅਤੇ ਵੀਡੀਓ ਸ਼ੇਅਰ ਲਾਜ਼ਮੀ ਕੀਤਾ ਕਰੋ। ਲੇਬਰ ਵਾਲੇ ਕੁੱਲ ਟੋਟਲ ਇਹਨਾਂ ਦਾ 3 ਬੰਦੇ ਸ਼ੁਦ ਹਿੰਮਤ ਕੀਤੀ ਪੈਣ, ਅਦਾ ਇਹ ਖਾਲੀ ਕਰ ਤਾਂ ਸਾਹ ਖੜੋ ਬੁਰੇ ਵਾਲੇ, ਤੂੰ ਕ੍ਰਾਸ ਕਰ ਤਾਂ ਵਿਹਾੜੀ ਰੋਡ 'ਤੇ, ਇੱਕ ਛੋਟਾ ਜਿਹਾ ਹੋਟਲ ਇੱਥੇ ਹੀ, ਮਕਸਦ ਸਾਫ਼ ਸੁਥਰਾ ਮਾਹੌਲ ਹੈ ਯਾਰ, ਧਾਵਣ ਛਾਵਣ ਦੀ ਜਾ ਵੀ ਹੈ, ਹੋਟਲ ਵੀ ਠੀਕ ਹੈ, ਅਤੇ ਸੇਫ ਜਾਈਏ, ਚੌਕੀਦਾਰ ਜਾਇਜ਼ ਗਿਣਦੇ, ਮਕਸਦ ਗਾਡੀ ਦੀ ਹਿਫਾਜ਼ਤ ਕਰੇ ਦੇਣ। ਅਤੇ ਆਪਾਂ ਇੱਥੇ ਖਾਲੀ ਕਰਦੇ ਹੁਣ ਖੜੋ ਜੇ, ਅਤੇ ਅੱਲਾ ਖੈਰ ਰੱਖਿਆ ਅੱਜ ਆਪਾਂ ਕੋਲ ਆਰਡਰ ਮਿਲ ਗਿਆ, ਇੱਕ ਜਿਹੜੇ ਖੜੇ ਰਹਿ ਗਏ ਦੂਜੇ ਜਿਹੜੇ ਆਰਡਰ ਮਿਲਦਾ ਪਿਆ ਆਪਾਂ ਕੋਲ। ਅਤੇ ਇੱਥੋਂ ਬਾਹਰ ਤਾਂ ਵਾਲਾ ਆਪਾਂ ਨਿਕਲਦੇ ਹਾਂ, ਜੁਲਦੇ ਆਰਡਰ ਮਿਲਿਆ ਆਪਾਂ ਕੋਲ ਚੌਕ ਮੇਥਲੇ ਦਾ, ਅਤੇ ਇੱਥੇ ਚੌਕ ਮੇਥਲੇ ਆਪਾਂ ਵੇਖ ਨੂੰ, ਚੌਕ ਮੇਥਲੇ ਕਹਿੰਦੇ ਦੇਖ ਦੂ ਵੀ ਟਾਇਰ ਫਟੇ ਹੋਏ ਜਿਹੜਾ ਨਾ ਦੇ ਦੇ ਕੋਈ ਟਾਇਰ ਜੋੜੀ ਗਿਣਸੂ, ਗਾਡੀ ਦੀ ਉੱਥੇ ਸਰਵਿਸ ਲਾਜ਼ਮੀ ਕਰਾਉਣੀ, ਗਾਡੀ ਦੇਖ ਜਿਹਨੂੰ ਕਿਤਨੀ ਗੱਦੀ ਥੀ ਖੜੀ ਹੈ ਨਾ, ਅਤੇ ਜਲਦ ਸਰਵਿਸ ਸਰਵਿਸ ਕਰਵੇ ਨੂੰ ਟਾਇਰ ਸ਼ਾਇਰ ਗਿਣੂ, ਗਏ ਟਾਈਮ ਹੋਇਆ ਤਾਂ ਅੱਲਾ ਖੈਰ ਕਰੇ ਗਰੀ ਸੀ ਕਰਵੇ ਸੂ। ਅਤੇ ਆਏ ਖੜੋ ਮਾਛੀਵਾਲ ਮੱਕਾ ਮਦੀਨਾ ਪੈਟਰੋਲੀਅਮ ਸਰਵਿਸ PSO ਦਾ ਪੰਪ ਹੈ, ਉੱਥੇ ਡੀਜ਼ਲ ਸੀਜ਼ਲ ਭਰਵੇਂ ਦੇ ਪਿਓ, ਅਸੀਂ ਡੀਜ਼ਲ ਭਰਵਾ ਗਏ ਨੂੰ, ਅਤੇ ਡੀਜ਼ਲ ਭਰਵਾ ਤੇ ਆਪਾਂ ਪਿਆ ਇੱਥੋਂ ਨਿਕਲਦੇ, ਅੱਲਾ ਖੈਰ ਰੱਖੇ ਤੁਹਾਡੀ ਜ਼ਿੰਦਗੀ ਦੀ ਖੈਰ ਹੋਵੇ, ਅਗੀਤੇ ਵਾਲਾ ਸੰਗਤ ਨਾਲ ਬੱਟਾ ਸੱਟਾਂ ਲੈਂਦੇ ਜੁਲਸੂ, ਅਤੇ ਗੱਪਾਂ ਹੀ ਲੈਂਦੇ ਜੁਲਸੂ। ਮੈਂ ਕਿਹਾ ਚਲੋ ਡੀਜ਼ਲ ਭਰੋ, ਸੰਗਤ ਨੂੰ ਦਿਖਾਓ ਬਵਾਸ ਸਹੀ ਖਰਚਾ ਕਰਨੇ ਹੈ, ਡੀਜ਼ਲ ਭਰਾ ਗਿੰਦੋ, ਅਤੇ ਜੁਲਦੇ ਹੈ ਸੰਗਤ ਸਾਰਾ ਮਾਲ ਬਣ ਗਿਆ ਦਾ, ਅੱਲਾ ਖੈਰ ਰੱਖੇ ਸੰਗੂ ਦਾ ਰਾਤ ਚੌਕ ਮੇਥਲੇ ਦਾ, ਚੌਕ ਮੇਥਲੇ ਉੱਥੇ ਗਾਡੀ ਸਰਵਿਸ ਕਰਵਾਈ ਅਸੀਂ, ਟਾਇਰ ਨਹੀਂ ਜੋੜੀ ਗਿੱਧੀ ਅਸੀਂ, ਉਹ ਪਾਤੀ ਅਸੀਂ, ਬਕਾਇਦਾ ਗਰੀਸ ਕਹਿਣੀ ਸੀ ਵਾਲਾ ਸਾਕੂ ਮਾਲ ਮਿਲਿਆ, ਉੱਚ ਕਨੋ ਮਾਲ ਹੈ ਸਾਡਾ ਕਿੱਥਾਂ ਦਾ ਮੀਰਪੁਰ ਖਾਸ ਦਾ, ਅਤੇ ਵਜ਼ਾ ਨਹੀਂ ਸਾਰੇ ਕਹਿੰਦੇ ਪੂਰਾ ਹੈ, ਅੱਲਾ ਖੈਰ ਰੱਖੇ ਅਸੀਂ ਸੀ ਪੈਕ ਹੀ ਸਟਕੇ ਨੂੰ, ਅਤੇ ਸੀ ਪੈਕ ਤੇ ਉਹ ਸੰਗਤ ਅੱਜ ਅੱਲਾ ਖੈਰ ਰੱਖੇ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਹੈ ਕੋਈ 28 ਤਰੀਕ ਹੈ ਮੇਰੇ ਖਿਆਲ ਤਾਂ, ਹੇ ਇਵੇਂ ਮੇਰੇ ਕੋਲ ਜ਼ਹਿਨ ਹੈ ਯਾਰ, ਇੱਕ ਮਿੰਟ ਮੈਂ ਦੇਖ ਗਈ ਨਾ ਸੰਗਤ ਕੋਲ ਦੱਸਾਂ, 28 ਤਰੀਕ ਦਾ 28 ਤਰੀਕ ਹੈ, ਅਤੇ ਜ਼ਹਿਰ ਪੀਰ ਵਾਲੇ ਸਰਵੇ ਜ਼ਰੀਏ ਤੇ ਖੜੋ ਹੁਣ ਪਿਓ ਆਪਾਂ ਇੱਥੋਂ ਨਿਕਲਦੇ, ਟਾਈਮ ਅੱਲਾ ਖੈਰ ਰੱਖੇ ਥਿੰਦਾ ਪਿਆ ਆਪਾਂ ਕਹਿੰਦੇ ਸਹੀ ਮੇਰੇ ਕੋਲ ਆਖਿਆ ਹੋਇਆ ਜੋ ਟਰਾਈ ਦਾ, ਅਤੇ ਮੈਂ ਕਿਹਾ ਲਾ ਟਾਇਰਿੰਗ ਸਹੀ ਸਹੀ ਦਿਓ, ਗਾਡੀਏ ਪਾਣੀ ਛਾਣੀ ਪਾਉਣ ਦੇ ਵਾਲਾ ਨਿਕਲਦੇ ਹੈ ਨਾ, ਇੱਥੋਂ ਪਿਓ ਨਿਕਲਦੇ ਅੱਜ ਦਾ ਵਲੋਗ ਪਿਓ ਸੰਗਤ ਇੱਥੇ ਮੁੱਕੇ ਨੇ। ਅਗਰ ਸਾਡੀ ਵੀਡੀਓ ਅੱਛੀ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕੀਤਾ ਕਰੋ, ਵੀਡੀਓ ਨੂੰ ਪੂਰਾ ਵਾਚ ਕੀਤਾ ਕਰੋ,
वीडियो पूरी शेयर की करो। मिलते हैं आप संगत अगले व्लॉग है सारी वीडियो लाजमी लाजमी जरा लाइक किता करो, कमेंट भी किता करो। बकायदा सद तुगडो खे जो भाई साहब कमेंट जवाब नहीं देना पाया।